ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਜੀ ਸੋ ਦੋਸਤੋ ਜੀ ਕੇ ਦੇ ਨਾਲ ਸੰਬੰਧਤ ਲੈ ਕੇ ਆਏ ਆ ਅੱਜ ਦਾ ਇੰਪੋਰਟੈਂਟ ਲੈਕਚਰ ਹੈਗਾ ਐਮਸੀਕਿਊ ਲੈ ਕੇ ਆਏ ਆ ਲਗਭਗ 25 ਐਮਸੀਕਿਊ ਤੁਹਾਡੇ ਲਈ ਲੈ ਕੇ ਆਏ ਆਗੇ ਅੱਜ ਆਪਾਂ ਜੀ ਕੇ ਦੇ ਨਾਲ ਸੰਬੰਧਤ ਹੋਣਗੇ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੇ ਤੇ ਪੰਜਾਬ ਖੇਤਰ ਦੇ ਨਾਲ ਜ਼ਿਆਦਾ ਸੰਬੰਧਤ ਹੋਣਗੇ ਇਹ ਸੋ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਅੰਗਰਵਾਲੀ ਸੁਪਰਵਾਈਜ਼ਰ ਐਂਟੀਟੀ 8393 ਪੀਆ ਸਟਟ ਜਾਂ ਕਿਸੇ ਵੀ ਤਰ੍ਹਾਂ ਦੀ ਪੋਸਟ ਹੈਗੀ ਹੈ ਜਿਹਦੇ ਵਿੱਚ ਜੀ ਕੇ ਦਾ ਸਿਲੇਬਸ ਪਾਇਆ ਹੋਇਆ ਉਹਦੇ ਲਈ ਮਹੱਤਵਪੂਰਨ ਅੱਜ ਦਾ ਆਪਣਾ ਲੈਕਚਰ ਅਖੀਰ ਤੱਕ ਦੇਖਿਓ ਸ਼ੇਅਰ ਕਰ ਦਿਓ ਸ਼ੁਰੂ ਕਰਦੇ ਆਂ ਪਹਿਲਾ ਪ੍ਰਸ਼ਨ ਜੀ ਪੰਜਾਬ ਵੱਲੋਂ ਖੇਡਾਂ ਵਿੱਚ ਸਭ ਤੋਂ ਵੱਡਾ ਪੁਰਸਕਾਰ ਕਿਹੜਾ ਦਿੱਤਾ ਜਾਂਦਾ ਹੈ ਸੋ ਪੰਜਾਬ ਦੇ ਵੱਲੋਂ ਖੇਡਾਂ ਦੇ ਨਾਲ ਸੰਬੰਧਿਤ ਸਭ ਤੋਂ ਵੱਡਾ ਪੁਰਸਕਾਰ ਕਿਹੜਾ ਜੀ ਪੰਜਾਬ ਰਤਨ ਪੰਜਾਬ ਦਾ ਗੌਰਵ ਖਾਲਸਾ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਸੋ ਇਹ ਇਹ ਆਪਸ਼ਨਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਪੁਰਸਕਾਰ ਹੈ ਜੀ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਖੇਡਾਂ ਦੇ ਨਾਲ ਸੰਬੰਧਿਤ ਪੰਜਾਬ ਦਾ ਸੋ ਪੰਜਾਬ ਦੀ ਗੱਲ ਆ ਇੱਥੇ ਧਿਆਨ ਚ ਰੱਖਿਓ ਪੰਜਾਬ ਦੇ ਨਾਲ ਸੰਬੰਧਿਤ ਹੈ ਖੇਡਾਂ ਦੇ ਵਿੱਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਸਭ ਤੋਂ ਵੱਡਾ ਪੁਰਸਕਾਰ ਹੈ ਮਹਾਰਾਜਾ ਰਣਜੀਤ ਸਿੰਘ ਆਪਸ਼ਨ ਨੰਬਰ ਸ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 2 ਨੰਬਰ ਪੰਜਾਬ ਪੁਲਿਸ ਦਾ ਗਠਨ ਕਦੋਂ ਕੀਤਾ ਗਿਆ 1857 ਦੇ ਵਿੱਚ 1861 ਦੇ ਵਿੱਚ 1961 ਦੇ ਵਿੱਚ ਜਾਂ 1952 ਦੇ ਵਿੱਚ ਸੋ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਗਠਨ ਕਦੋਂ ਕੀਤਾ ਗਿਆ ਸ਼ੁਰੂਆਤ ਕਦੋਂ ਕੀਤੀ ਗਈ ਸੋ 1861 ਦੇ ਨਾਲ ਜਾਵਾਂਗੇ অপਸ਼ਨ ਨੰਬਰ ਆੜਾ ਸਹੀ ਹੈ ਜੀ। 3 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਨੇ ਖਾਸ ਕਰਕੇ ਪੰਜਾਬ ਜੀਕੇ ਦੇ ਨਾਲ ਸੰਬੰਧਿਤ ਨੇ। ਲੈਕਚਰ ਨੂੰ ਅਖੀਰ ਤੱਕ ਦੇਖਣਾ অতি ਜ਼ਰੂਰੀ ਹੈ। ਬਹੁਤ ਜ਼ਿਆਦਾ ਮਹੱਤਵਪੂਰਨ ਹੈਗੇ ਪੰਜਾਬ ਮਾਨਵ ਅਧਿਕਾਰ ਜੋਗ ਦਾ ਮੁੱਖ ਦਫਤਰ ਕਿੱਥੇ ਹੈ? ਲੁਧਿਆਣਾ, ਪਟਿਆਲਾ, ਮੋਹਾਲੀ ਜਾਂ ਚੰਡੀਗੜ੍ਹ। ਸੋ ਪੰਜਾਬ ਮਾਨਵ ਅਧਿਕਾਰ ਜੋਗ ਦਾ ਦਫਤਰ ਪੁੱਛਿਆ ਗਿਆ ਜੀ। ਚੰਡੀਗੜ੍ਹ ਦੇ ਵਿੱਚ ਹੈ অপਸ਼ਨ ਨੰਬਰ ਸ ਸਹੀ ਹੈ। ਪੰਜਾਬ ਮਾਨਵ ਅਧਿਕਾਰ ਅਯੋਗ ਇਹਦਾ ਦਫਤਰ ਜੀ ਚੰਡੀਗੜ੍ਹ ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਆਂ 4 ਨੰਬਰ ਪੰਜਾਬ ਪੁਲਿਸ ਦਿਵਸ ਕਦੋਂ ਮਨਾਇਆ ਜਾਂਦਾ ਜੀ ਸੋ ਪੰਜਾਬ ਪੁਲਿਸ ਦਿਵਸ ਕਦੋਂ ਮਨਾਇਆ ਜਾਂਦਾ 21 ਅਕਤੂਬਰ 13 ਫਰਵਰੀ ਨੂੰ 21 ਫਰਵਰੀ ਨੂੰ ਜਾਂ 26 ਜਨਵਰੀ ਨੂੰ ਸੋ ਦੋਸਤੋ ਪੰਜਾਬ ਪੁਲਿਸ ਦਾ ਦਿਵਸ ਹੈ ਜਿਹੜਾ ਇਹ 21 ਅਕਤੂਬਰ ਦੇ ਦਿਨ ਮਨਾਇਆ ਜਾਂਦਾ ਹੈ ਦੋ ਪ੍ਰਸ਼ਨ ਕਲੀਅਰ ਹੁੰਦੇ ਨੇ ਇੱਥੇ ਇੱਕ ਤਾਂ ਪੰਜਾਬ ਪੁਲਿਸ ਦਿਵਸ ਦੀ ਪਤਾ ਲੱਗ ਜਾਂਦਾ ਪੰਜਾਬ ਪੁਲਿਸ ਦਾ ਦਿਵਸ ਤੇ ਜੇ ਡੇਜ਼ ਬਾਰੇ ਪੁੱਛ ਲਿਆ ਜਾਵੇ ਤਾਂ ਵੀ ਕਲੀਅਰ ਹੋ ਜਾਂਦਾ ਸੋ ਵੀ 21 ਅਕਤੂਬਰ ਨੂੰ ਕਿਹਦਾ ਦਿਨ ਮਨਾਇਆ ਜਾਂਦਾ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ 5 ਨੰਬਰ ਪ੍ਰਸ਼ਨ ਜੀ ਨੇਤਾਜੀ ਸੁਭਾਸ਼ ਚੰਦਰ ਇੰਸਟੀਚਿਊਟ ਆਫ ਸਪੋਰਟਸ ਕਿੱਥੇ ਸਥਿਤ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਕਈ ਵਾਰ ਪੀਪਰਾਂ ਦੇ ਵਿੱਚ ਆਇਆ ਹੋਇਆ ਜੀ ਨੇਤਾਜੀ ਸੁਵਾਸ ਚੰਦਰ ਇੰਸਟੀਚਿਊਟ ਆਫ ਸਪੋਰਟਸ ਕਿੱਥੇ ਸਥਿਤ ਹੈ ਜੀ ਪਟਿਆਲਾ ਚੰਡੀਗੜ੍ਹ ਜਲੰਧਰ ਜਾਂ ਲੁਧਿਆਣਾ ਸੋ ਇਹ ਤੁਸੀਂ ਸਾਰੇ ਜਾਣਦੇ ਹੋਵੋਗੇ ਇਹ ਪਟਿਆਲੇ ਦੇ ਵਿੱਚ ਹੈ ਜੀ অপਸ਼ਨ ਨੰਬਰ ਊੜਾ ਸਹੀ ਹੈ ਜੀ ਪਟਿਆਲੇ ਦੇ ਵਿੱਚ ਹੀ ਬਣਿਆ ਹੋਇਆ ਨੇਤਾਜੀ ਸੁਵਾਸ ਚੰਦਰ ਇੰਸਟੀਚਿਊਟ ਆਫ ਸਪੋਰਟਸ ਸੋ 6 ਨੰਬਰ ਪ੍ਰਸ਼ਨ ਦੋਸਤੋ ਮਿਲਕ ਫੈਡ ਦਾ ਦਫ਼ਤਰ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਹੈ ਚੰਡੀਗੜ੍ਹ ਦੇ ਵਿੱਚ ਬਠਿੰਡਾ ਜਾਂ ਜਲੰਧਰ ਸੋ ਮਿਲਕ ਫੰਡ ਦਾ ਦਫਤਰ ਹੈ ਜਿਹੜਾ ਜੀ ਉਹ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਆਪਸ਼ਨ ਨੰਬਰ ੜਾ ਸਹੀ ਹੈ ਜੀ। 7 ਨੰਬਰ ਪ੍ਰਸ਼ਨ ਪੰਜਾਬ ਦਾ ਕਿਹੜਾ ਸ਼ਹਿਰ ਚਿੱਟਾ ਨਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ? ਸੋ ਅੰਮ੍ਰਿਤਸਰ ਨੂੰ ਚਿੱਟਾ ਨਗਰ ਕਹਿੰਦੇ ਨੇ ਜੀ। ਚਮਕੌਰ ਸਾਹਿਬ, ਆਨੰਦ, ਆਨੰਦਪੁਰ ਸਾਹਿਬ ਜਾਂ ਜਲੰਧਰ। ਸੋ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਹਨੂੰ ਚਿੱਟਾ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਆਂ? ਆਨੰਦਪੁਰ ਨੂੰ ਜਾਣਿਆ ਜਾਂਦਾ ਹੈ। ਪਿੰਕ ਸਿਟੀ ਦੇ ਪਿੰਕ ਸ਼ਹਿਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਜੈਪੁਰ ਨੂੰ। ਸੋ ਪੰਜਾਬ ਦੀ ਗੱਲ ਕਰੀਏ ਤਾਂ ਚਿੱਟਾ ਨਗਰ ਦੇ ਤੌਰ ਤੇ ਜਾਣਿਆ ਜਾਂਦਾ ਆਨੰਦਪੁਰ 8 ਨੰਬਰ ਪ੍ਰਸ਼ਨ ਦੋਸਤੋ ਕੈਸ਼ ਅਵਾਰਡ ਨੀਤੀ ਕਿਹੜੇ ਖੇਤਰ ਨਾਲ ਸੰਬੰਧਿਤ ਹੈ ਖੇਡ ਜਗਤ ਨਾਲ ਮਨੋਰੰਜਨ ਨਾਲ ਉਦਯੋਗਿਕ ਖੇਤਰ ਨਾਲ ਜਾਂ ਕੋਈ ਵੀ ਨਹੀਂ ਸੋ ਦੋਸਤੋ ਇਹ ਕੈਸ਼ ਅਵਾਰਡ ਨੀਤੀ ਹੈ ਜਿਹੜੀ ਆਪਸ਼ਨ ਨੰਬਰ ਊੜਾ ਦੇ ਨਾਲ ਜਾਵਾਂਗੇ ਆਪਾਂ ਖੇਡ ਜਗਤ ਦੇ ਨਾਲ ਸੰਬੰਧਿਤ ਹੈ 8 ਨੰਬਰ ਪ੍ਰਸ਼ਨ ਦੇ ਅਕੋਰਡਿੰਗ ਉਹੜਾ ਆਪਸ਼ਨ ਸਹੀ ਹੈ ਜੀ ਖੇਡ ਜਗਤ ਨਾਲ ਸੰਬੰਧਿਤ ਹੈਗੀ ਇਹ 9 ਨੰਬਰ ਪ੍ਰਸ਼ਨ ਦੇਖਦੇ ਆਂ ਪੰਜਾਬ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਆ ਅਮਰਸਰ ਦੇ ਵਿੱਚ ਚੰਡੀਗੜ੍ਹ ਪਟਿਆਲਾ ਜਾਂ ਮੋਹਾਲੀ ਪੰਜਾਬ ਕਮਾਂਡੋ ਦਾ ਪੁੱਛਿਆ ਜੀ ਪੰਜਾਬ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਹੈਗਾ ਸੋ ਇਹ ਪਟਿਆਲੇ ਦੇ ਵਿੱਚ ਹੈ ਜੀ ਆਪਸ਼ਨ ਨੰਬਰ ਈ ਡੀ ਸਹੀ ਆ ਅਗਲਾ 10 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਆਜ਼ਾਦੀ ਤੋਂ ਬਾਅਦ ਭਾਰਤ ਵੱਲੋਂ ਕਾਮਨਵੈਲਥ ਖੇਡਾਂ ਵਿੱਚ ਪਹਿਲਾ 골ਡ ਮੈਡਲ ਮੈਡਲ ਜਿੱਤਣ ਵਾਲਾ ਐਥਲੀਟ ਕਿਹੜਾ ਸੀ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਬਣ ਜਾਂਦਾ ਹੈ ਪਹਿਲੀ ਗੱਲ ਤਾਂ ਐਥਲੀਟ ਦੀ ਗੱਲ ਆ ਗਈ ਥੋੜਾ ਜਿਹਾ ਇੱਥੇ ਫੋਕਸ ਕਰ ਲਿਓ ਵੀ ਸਾਡਾ ਫੇਮਸ ਐਥਲੀਟ ਕਿਹੜਾ ਸੋ ਫਿਰ ਕਾਮਨਵੈਲਥ ਖੇਡਾਂ ਦੀ ਗੱਲ ਆ ਗਈ ਕਾਮਨਵੈਲਥ ਖੇਡਾਂ ਦੇ ਵਿੱਚ ਪਹਿਲਾ 골ਡ ਮੈਡਲ ਜਿੱਤਣ ਵਾਲਾ ਐਥਲੀਟ ਦਾਰਾ ਸਿੰਘ ਦਲੀਪ ਸਿੰਘ ਮਿਰਖਾ ਸਿੰਘ ਸਰਦਾਰਾ ਸਿੰਘ ਸੋ অপਸ਼ਨ ਨੰਬਰ ای ڈی ਸਹੀਆ ਮਿਲਖਾ ਸਿੰਘ ਪਹਿਲਾ ਅਜਿਹਾ ਐਥਲੀਟ ਸੀ ਜਿਨੇ 골ਡ ਮੈਡਲ ਜਿੱਤਿਆ ਸੀ ਕਾਮਨਵੈਲਥ ਖੇਡਾਂ ਦੇ ਵਿੱਚ ਜੇ ਪੁੱਛ ਲਿਆ ਜਾਵੇ ਵੀ ਭਾਰਤ ਕਾਮਨਵੈਲਥ ਦਾ ਮੈਂਬਰ ਕਦੋਂ ਬਣਿਆ ਤਾਂ 1949 ਦੇ ਵਿੱਚ ਬਣਿਆ ਸੀ 1949 ਦੇ ਵਿੱਚ ਇਹ ਪ੍ਰਸ਼ਨ ਕਈ ਵਾਰ ਆਇਆ ਭਾਰਤ ਕਾਮਨਵੈਲਥ ਦਾ ਮੈਂਬਰ ਕਦੋਂ ਬਣਿਆ 1949 ਦੇ ਵਿੱਚ ਨੋਟ ਰੱਖਿਓ ਪਹਿਲਾ ਐਥਲੀਟ ਮਿਲਖਾ ਸਿੰਘ ਸੀ ਜੀ ਨੇ 골ਡ ਮੈਡਲ ਜਿੱਤਿਆ ਸੀ ਕਾਮਨਵੈਲਥ ਖੇਡਾਂ ਦੇ ਵਿੱਚ 11 ਨੰਬਰ ਪ੍ਰਸ਼ਨ ਦੇਖਦੇ ਆਂ ਪੰਜਾਬ ਮਾਨਵ ਅਧਿਕਾਰ ਅਯੋਗ ਦੀ ਸਥਾਪਨਾ ਕਦੋਂ ਕੀਤੀ ਗਈ ਪਹਿਲਾਂ ਆਪਾਂ ਦਫ਼ਤਰ ਦੱਸਿਆ ਸੀ ਵੀ ਕਿੱਥੇ ਆ ਹੁਣ ਆਪਾਂ ਅਯੋਗ ਦੀ ਸਥਾਪਨਾ ਬਾਰੇ ਗੱਲ ਕਰਾਂਗੇ 1977 1987 1972 ਜਾਂ 1997 ਸੋ 11 ਨੰਬਰ ਪ੍ਰਸ਼ਨ ਦੇ ਅਕੋਰਡਿੰਗ ਆਪਸ਼ਨ ਨੰਬਰ ਸ ਸਹੀ ਹੈ ਜੀ ਪੰਜਾਬ ਮਾਨਵ ਅਧਿਕਾਰ ਅਯੋਗ ਦੀ ਸਥਾਪਨਾ 1997 ਦੇ ਵਿੱਚ ਹੋਈ ਸੀ 12 ਨੰਬਰ ਪ੍ਰਸ਼ਨ ਦੋਸਤੋ ਮਿਲਖਾ ਸਿੰਘ ਦਾ ਜਨਮ ਕਿੱਥੇ ਹੋਇਆ ਸੋ ਮਿਲਖਾ ਸਿੰਘ ਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਆਉਂਦੇ ਆ ਧਿਆਨ ਨਾਲ ਪੜਿਓ ਸੁਣਿਓ ਮਿਲਖਾ ਸਿੰਘ ਦੀ ਪਿਛਲੇ ਮਹੀਨਿਆਂ ਦੇ ਵਿੱਚ ਡੈਥ ਹੋ ਗਈ ਸੀ ਸੋ ਕਰੰਟ ਦੇ ਵਿੱਚ ਇਹਨਾਂ ਦੇ ਵਿੱਚੋਂ ਪ੍ਰਸ਼ਨ ਆ ਸਕਦਾ ਹੈ ਮਿਲਖਾ ਸਿੰਘ ਦਾ ਜਨਮ ਦਾ ਜਨਮ ਕਿੱਥੇ ਹੋਇਆ ਚੰਡੀਗੜ੍ਹ ਲਾਇਲਪੁਰ ਲਾਹੌਰ ਸਿਆਲਕੋਟ ਸੋ ਇਹ ਲਾਇਲਪੁਰ ਦੇ ਵਿੱਚ ਹੋਇਆ ਸੀ ਜੀ ਪਾਕਿਸਤਾਨ ਦੇ ਵਿੱਚ ਉਹ ਤੋਂ ਇਹ ਫਿਰ ਬੰਡ ਦੇ ਸਮੇਂ 'ਚ ਦਿੱਲੀ ਆ ਕੇ ਰਹਿਣ ਲੱਗੇ ਸੀ ਸੋ ਫਿਰ ਫੌਜ ਚ ਭਰਤੀ ਹੋਏ ਫੌਜ ਜਾ ਕੇ ਫਿਰ ਇਹ ਖੇਡਾਂ ਦੇ ਨਾਲ ਸੰਬੰਧਤ ਅਸਲੀਟ ਬਣੇ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਕਹਾਣੀਆਂ ਇਹਨਾਂ ਦੇ ਨਾਲ ਸੰਬੰਧਤ ਇੱਕ ਫਿਲਮ ਬਣੀ ਹੋਈ ਆ ਫਾਗ ਮਿਲਖਾ ਫਾਗ ਉਹ ਦੇਖ ਸਕਦੇ ਹੋ ਤੇ ਉਹਦੇ ਨਾਲ ਬਹੁਤ ਸਾਰੇ ਪ੍ਰਸ਼ਨ ਕਲੀਅਰ ਹੋ ਜਾਂਦੇ ਆ ਮਿਲਖਾ ਸਿੰਘ ਦੀ ਜ਼ਿੰਦਗੀ ਦੇ ਨਾਲ ਸੰਬੰਧਤ 13 ਨੰਬਰ ਪ੍ਰਸ਼ਨ ਜੀ ਪੰਜਾਬ ਵਿੱਚ ਦੇਸ਼ ਭਗਤ ਯਾਦਗਾਰ ਹਾਲ ਕਿੱਥੇ ਆ ਬਰੀ ਬਰੀ ਇੰਪੋਰਟੈਂਟ ਆ ਇਸਲੇ ਦਿਨਾਂ ਦੇ ਵਿੱਚ 1 ਨਵੰਬਰ ਕਹਿ ਸਕਦੇ ਆ 31 ਅਕਤੂਬਰ 1 ਨਵੰਬਰ ਇਹਨਾਂ ਦੋ ਦਿਨਾਂ ਦੇ ਵਿੱਚ ਉਥੇ ਭਾਰੀ ਜਿਹੜਾ ਹੈਗਾ ਇਨਕਲਾਬੀ ਮੇਲਾ ਲੱਗਦਾ ਹੈ ਪੰਜਾਬ ਦੇ ਦੇਸ਼ ਦਾ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਉਹ ਕਿੱਥੇ ਆ ਬਠਿੰਡਾ ਲੁਧਿਆਣਾ ਜਲੰਧਰ ਜਾਂ ਮੋਹਾਲੀ ਸੋ ਦੋਸਤੋ ਇਹ ਜਲੰਧਰ ਦੇ ਵਿੱਚ ਆ 31 31 ਅਕਤੂਬਰ ਤੇ 1 ਨਵੰਬਰ ਇਹ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨ ਇੱਥੇ ਯਾਦਗਰੀ ਦੇਸ਼ ਭਗਤ ਯਾਦਗਰ ਹਾਲ ਆ ਜਿਹੜਾ ਇੱਥੇ ਇਨਕਲਾਬੀ ਮੇਲਾ ਲੱਗਦਾ ਨਾਟਕ ਸੰਗੀਤ ਵਗੈਰਾ ਚੱਲਦਾ ਸੋ ਮਹਾਨ ਇਨਕਲਾਬੀ ਲੋਕ ਨੇ ਜਿਹੜੇ ਉੱਥੇ ਆਪਣੇ ਵਿਚਾਰ ਪੇਸ਼ ਕਰਦੇ ਰਹੇ 14 ਨੰਬਰ ਪ੍ਰਸ਼ਨ ਜੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਿਹੜੇ ਖੇਤਰ ਵਿੱਚ ਦਿੱਤਾ ਜਾਂਦਾ ਖੇਡ ਜਗਤ ਮਨੋਰੰਜਨ ਉਦਯੋਗਤ ਖੇਤਰ ਕੋਈ ਵੀ ਨਹੀਂ ਸੋ ਪਹਿਲਾਂ ਆਪਾਂ ਇਹ ਪ੍ਰਸ਼ਨ ਨੂੰ ਕਵਰ ਕਰਵਾ ਕੇ ਹਟੇ ਆਂ ਇਹ ਵਾਰ ਜਿਹੜਾ ਖੇਡ ਜਗਤ ਨਾਲ ਦਿੱਤਾ ਜਾਂਦਾ ਹੈ ਸੰਬੰਧਿਤ ਹੈ ਇਹ ਅਵਾਰਡ ਪੰਜਾਬ ਦਾ ਖੇਡ ਜਗਤ ਨਾਲ ਸੰਬੰਧਿਤ ਸਭ ਤੋਂ ਵੱਡਾ ਅਵਾਰਡ ਹੈ ਜੀ ਸੋ ਇਹ ਗੱਲ ਨੂੰ ਧਿਆਨ ਚ ਰੱਖਿਓ ਜੇ ਪੁੱਛ ਲਿਆ ਜਾਵੇ ਵੀ ਖੇਡ ਜਗਤ ਨਾਲ ਸੰਬੰਧਿਤ ਪੰਜਾਬ ਦਾ ਸਭ ਤੋਂ ਵੱਡਾ ਅਵਾਰਡ ਕਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੋਨੇ ਪ੍ਰਸ਼ਨ ਕਵਰ ਹੁੰਦੇ ਨੇ ਇੱਥੇ ਅਗਲਾ ਪ੍ਰਸ਼ਨ ਦੇਖਦੇ ਹਾਂ 15 ਨੰਬਰ ਜੀ ਪੰਜਾਬ ਵਿੱਚ ਸਰਕਾਰੀ ਅਜਾਇਬ ਘਰ ਕਿੱਥੇ ਹੈ ਹਫਸ਼ਾਰਪੁਰ ਲੁਧਿਆਣਾ ਸੰਗਰੂਰ ਫਿਰੋਜ਼ਪੁਰ ਸੋ ਪੰਜਾਬ ਦੇ ਵਿੱਚ ਇੱਕ ਸਰਕਾਰੀ ਅਜਾਇਬ ਘਰ ਹੈ ਜੀ ਕਿੱਥੇ ਹੈ ਹਸ਼ਿਆਰਪੁਰ ਦੇ ਵਿੱਚ অপਸ਼ਨ ਨੰਬਰ ਊੜਾ ਸਹੀ ਆ ਅਗਲਾ ਪ੍ਰਸ਼ਨ ਦੇਖਦੇ ਆ ਜੀ 16 ਨੰਬਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੋ ਇਹ ਕਦੋਂ ਕੀਤੀ ਗਈ ਸੀ ਜੀ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਸਥਾਪਨਾ ਸੋ 16 ਨੰਬਰ ਦੇ ਅਨੁਸਾਰ অপਸ਼ਨ ਨੰਬਰ ਈੜੀ ਸਹੀ ਆ 1977 ਦੇ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਸਥਾਪਨਾ ਕੀਤੀ ਗਈ 1977 ਦੇ ਵਿੱਚ ਯਾਦ ਰੱਖਿਓ অপਸ਼ਨ ਨੰਬਰ ਈ ਡੀ ਸਹੀ ਆ 17 ਨੰਬਰ ਪ੍ਰਸ਼ਨ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਹੈ ਜੀ ਪਟਿਆਲਾ ਲੁਧਿਆਣਾ ਜਲੰਧਰ ਚੰਡੀਗੜ੍ਹ ਸੋ ਇਹ ਚੰਡੀਗੜ੍ਹ ਦੇ ਵਿੱਚ ਆ ਦੋਸਤੋ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਸੋ ਪੰਜਾਬ ਦੇ ਨਾਲ ਸੰਬੰਧਿਤ ਜਿਆਦਾ ਪ੍ਰਸ਼ਨ ਨੇ ਅੱਜ ਦੇ ਬਹੁਤ ਜਿਆਦਾ ਮਹੱਤਵਪੂਰਨ ਪੇਪਰਾਂ 'ਚ ਆਏ ਹੋਏ ਨੇ ਸਾਰੇ ਲਗਭਗ ਸੋ ਅਖੀਰ ਤੱਕ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਮੇਰੀ ਸਪੈਸ਼ਲ ਬੇਨਤੀ ਆ ਤੁਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਆਪਣੇ ਚੈਨਲ ਤੇ ਪਾਈ ਹੋਈ ਹਰ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਸਬਸਕ੍ਰਾਈਬ ਕਰ ਲਿਓ ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪੰਜਾਬ ਪੁਲਿਸ ਅਕੈਡਮੀ ਕਿੱਥੇ ਹੈ ਜੀ ਜਲੰਧਰ ਪਟਿਆਲਾ ਫਲੋਰ ਮਹੱਲੀ ਸੋ ਪੰਜਾਬ ਪੁਲਿਸ ਅਕੈਡਮੀ ਹੈ ਜਿਹੜੀ ਫਲੋਰ ਦੇ ਵਿੱਚ ਹੈ ਜੀ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਜਿਹੜਾ ਦਿਨ ਮਨਾਇਆ ਜਾਂਦਾ ਸੀ 21 ਅਕਤੂਬਰ ਇਹਦਾ ਗਠਨ ਕਦੋਂ ਹੋਇਆ ਸੀ ਪੰਜਾਬ ਪੁਲਿਸ ਦੀ ਸਥਾਪਨਾ 1861 ਦੇ ਵਿੱਚ ਸੋ ਜਿਹੜਾ ਇਹ ਦੀ ਅਕੈਡਮੀ ਹੈ ਫਲੋਰ ਦੇ ਵਿੱਚ ਤਿੰਨ ਚਾਰ ਪ੍ਰਸ਼ਨ ਪੁਲਿਸ ਦੇ ਨਾਲ ਸੰਬੰਧਿਤ ਕਵਰ ਹੋ ਗਏ ਅੱਜ ਆਪਣੇ 19 ਨੰਬਰ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕਿੱਥੇ ਹੈ ਜੀ ਬਠਿੰਡਾ ਬਰਨਾਲਾ ਮਲੇਰਕੋਟਲਾ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਸੋ ਦੋਸਤੋ ਇਹ ਅੰਮ੍ਰਿਤਸਰ ਦੇ ਵਿੱਚ ਆ ਸਰਕਾਰੀ ਅਜਾਇਬ ਘਰ ਪੁੱਛਿਆ ਸੀ ਪਹਿਲਾਂ ਉਹ ਪ੍ਰਸ਼ਨ ਉਹ ਹੁਸ਼ਿਆਰਪੁਰ ਦੇ ਵਿੱਚ ਸੀ ਅਗਲਾ ਪ੍ਰਸ਼ਨ ਦੇਖਦੇ ਆ 20 ਨੰਬਰ 21 ਨੰਬਰ ਆ ਗਿਆ ਜੀ ਸੋ ਵਿੱਚ ਇੱਕ ਮਿਸ ਹੋ ਗਿਆ ਇੱਕ ਪ੍ਰਸ਼ਨ ਬਾਬਾ ਸਾਹਿਬ ਅੰਬੇਦਕਰ ਟੈਕਨੀਕਲ ਯੂਨੀਵਰਸਿਟੀ ਕਿੱਥੇ ਹੈ ਜੀ ਜਲੰਧਰ ਬਠਿੰਡਾ ਮਰਸਰ ਜਾਂ ਫਿਰੋਜ਼ਪੁਰ ਸੋ ਦੋਸਤੋ ਇਹ ਜਲੰਧਰ ਦੇ ਵਿੱਚ ਹੈ ਜੀ ਬਾਬਾ ਸਾਹਿਬ ਅੰਬੇਦਕਰ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਿੱਚ 22 ਨੰਬਰ ਪ੍ਰਸ਼ਨ ਜੀ ਪੰਜਾਬ ਜਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਪਨਾ ਕਦੋਂ ਹੋਈ 1966 ਦੇ ਵਿੱਚ 1975 1970 ਜਾਂ 1972 ਦੇ ਵਿੱਚ ਪੰਜਾਬ ਜਲ ਪ੍ਰਦੂਸ਼ਣ ਜਲ ਪ੍ਰਦੂਸ਼ਣ ਦੀ ਗੱਲ ਹੈ ਜੀ ਜਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਪਨਾ ਕਦੋਂ ਹੋਈ 1975 ਦੇ ਵਿੱਚ ਹੋਈ ਸੀ ਇਹ ਆਪਸ਼ਨ ਨੰਬਰ ਆੜਾ ਸਹੀ ਆ 23 ਨੰਬਰ ਪ੍ਰਸ਼ਨ ਜੀ ਗੁਰੂ ਤੇਗ ਬਹਾਦਰ ਜਾਇਬਕਰ ਕਿੱਥੇ ਹੈ ਜੀ ਆਨੰਦਪੁਰ ਸਾਹਿਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਠਿੰਡਾ ਦੇ ਵਿੱਚ ਸੋ ਦੋਸਤੋ ਆਨੰਦਪੁਰ ਦੇ ਵਿੱਚ ਹੈ ਗੁਰੂ ਤੇਗ ਬਹਾਦਰ ਅਜਾਇਬਕਰ ਨੰਦਪੁਰ ਦੇ ਵਿੱਚ অপਸ਼ਨ ਨੰਬਰ ਊੜਾ ਸਹੀ ਹੈ ਇੱਕ ਪ੍ਰਸ਼ਨ ਕਰਵਾਇਆ ਸੀ ਆਪਾਂ ਆਨੰਦਪੁਰ ਨੂੰ ਚਿੱਟਾ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਦਾ ਚਿੱਟਾ ਨਗਰ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਦਾ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਅਜਾਇਬ ਘਰ ਜਿਹੜਾ ਉਹ ਵੀ ਆਨੰਦਪੁਰ ਦੇ ਵਿੱਚ ਸੋ ਅਗਲਾ ਦੇਖਦੇ ਆਂ ਜੀ 24 ਨੰਬਰ ਪ੍ਰਸ਼ਨ ਮਹੱਲੀ ਕ੍ਰਿਕਟਰ ਸਟੇਡੀਅਮ ਦੀ ਸਥਾਪਨਾ ਕਦੋਂ ਹੋਈ ਬਹੁਤ ਜਿਆਦਾ ਮਹੱਤਵਪੂਰਨ ਪ੍ਰਸ਼ਨ ਆ 1993 ਦੇ ਵਿੱਚ 1995 90 ਜਾਂ 92 ਸੋ ਮਹਾਲੀ ਦੇ ਵਿੱਚ ਕ੍ਰਿਕਟ ਸਟੇਡੀਅਮ ਬਣਿਆ ਹੋਇਆ ਸੋ ਦੀ ਸਥਾਪਨਾ ਕਦੋਂ ਹੋਈ ਸੀ ਜੀ অপਸ਼ਨ ਨੰਬਰ ਊੜਾ ਸਹੀ ਹੈ 93 ਦੇ ਵਿੱਚ ਹੋਈ ਸੀ ਇਹ 25 ਨੰਬਰ ਪ੍ਰਸ਼ਨ ਅੱਜ ਦੇ ਆਪਣੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਆ ਜੀ ਸੋ ਦੋਸਤੋ ਜਿਹੜੇ ਦੋਸਤਾਂ ਨੇ ਆਪਣੇ WhatsApp ਗਰੁੱਪ ਦੇ ਵਿੱਚ ਐਡ ਹੋਣਾ 88474 77007 ਤੇ ਤੁਸੀਂ ਫੋਨ ਕਰ ਸਕਦੇ ਹੋ ਪੀਐਸਟੈਟ ਦੇ ਗਰੁੱਪ ਬਣਾਏ ਜਾ ਰਹੇ ਨੇ ਸੋ ਸਾਥੀ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਪੀਐਸਟੈਟ ਦੇ ਨਾਲ ਸੰਬੰਧਿਤ ਬਣਾਇਆ ਹੋਇਆ WhatsApp ਗਰੁੱਪ ਦਾ ਲਿੰਕ ਭੇਜ ਦੇਾਂਗੇ ਅੱਗੇ ਹੋਰ ਫਰੈਂਡ ਸਰਕਲ ਦੇ ਵਿੱਚ ਵੀ ਤੁਸੀਂ ਸ਼ੇਅਰ ਕਰ ਦੇਣਾ ਸੋ ਵੱਧ ਤੋਂ ਵੱਧ ਸਾਥੀ ਆਪਣੇ ਨਾਲ ਜੋੜੋ ਸੋ ਜਿਹੜੇ ਹੋਰ ਸਾਥੀ ਹੋਰ ਪੋਸਟਾਂ ਦੇ ਨਾਲ ਸੰਬੰਧਿਤ ਜੁੜੇ ਹੋਏ ਨੇ ਉਹ ਜ਼ਰੂਰ ਪੀਐਸਟੈਟ ਦੀ ਤਿਆਰੀ ਕਰ ਰਹੇ ਸਾਥੀਆਂ ਨੂੰ ਆਪਣਾ ਇਹ ਮੈਸੇਜ ਦਿਓ ਆਪਣੇ ਗਰੁੱਪ ਨਾਲ ਜੋੜੋ ਆਪਣੇ ਚੈਨਲ ਨਾਲ ਜੋੜੋ ਸੋ ਐਂਟੀਟੀ ਦੇ ਨੋਟਸ ਤੁਹਾਨੂੰ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਬਣੇ ਹੋਏ ਨੇ ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹਨੂੰ ਫੋਲੋ ਕਰ ਲਿਓ ਸੋ ਆਖਰੀ ਪ੍ਰਸ਼ਨ ਦੇਖਦੇ ਅੱਜ ਦੇ ਵੀਡੀਓ ਲੈਕਚਰ ਦਾ ਸ਼ੇਅਰ ਜਰੂਰ ਕਰ ਦਿਓ ਸਾਰੇ ਦੋਸਤਾਂ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਸੰਸਥਾਪਕ ਕੌਣ ਸੀ ਐਸ ਆਰ ਗਰੇਵਾਲ ਸੀ ਅਜੀਤ ਸਿੰਘ ਸੀ ਮਾਸਟਰ ਤਾਰਾ ਸਿੰਘ ਸੀ ਲਾਲਾ ਲਾਜਪਤ ਰਾਏ ਸੀ ਸੋ ਪੰਜਾਬ ਨੈਸ਼ਨਲ ਬੈਂਕ ਦਾ ਸਥਾਪਕ ਸੀ ਜਿਹੜਾ ਸੀ ਲਾਲਾ ਲਾਜਪਤ ਰਾਏ ਸੀ ਆਪਸ਼ਨ ਨੰਬਰ ਸ ਸਹੀ ਹੈ ਸੋ ਦੋਸਤੋ ਇਹ ਸੀ ਆਪਣੇ ਅੱਜ ਦੇ 25 ਵੈਰੀ ਵੈਰੀ ਇੰਪੋਰਟੈਂਟ ਐਮਸੀਕਿਊਜ਼ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ